ਨਮਸਕਾਰ, ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ। ਮੈਂ ਪਰਮ ਭਾਰਦਵਾਜ, ਦਸੂਹਾ SDM ਜੋਤੀ ਵਾਲਾ ਮੱਟੂ ਜੀ, ਕਾਰਜ ਸਾਧਕ ਅਫਸਰ ਮਦਨ ਸਿੰਘ, SHO ਗੁਰਦੇਵ ਸਿੰਘ ਤੇ ਪੁਲਿਸ ਪਾਰਟੀ ਸਮੇਤ ਕਰਫਿਊ ਦੇ ਚੱਲਦਿਆਂ ਅੱਜ ਬਲਗੜਾ ਚੌਂਕ, ਹਾਜੀਪੁਰ ਚੌਂਕ, ਮਿਆਣੀ ਰੋਡ, ਲਾਇਬ੍ਰੇਰੀ ਚੌਂਕ ਵਿੱਚ ਬਿਨਾਂ ਕੰਮ ਤੋਂ ਬਾਹਰ ਘੁੰਮਣ ਵਾਲਿਆਂ ਦੀ ਸਪੈਸ਼ਲ ਚੈਕਿੰਗ ਦੌਰਾਨ ਚਲਾਣ ਕੱਟੇ ਗਏ ਅਤੇ ਕਈ ਲੋਕਾਂ ਦੇ ਕਰਫਿਊ ਪਾਸ ਵੀ ਚੈੱਕ ਕੀਤੇ। SDM ਜੋਤੀ ਵਾਲਾ ਮੱਟੂ ਜੀ ਨੇ ਕਿਹਾ ਕਿ ਕੁਝ ਲੋਕ ਗਲੀਆਂ ਮੁਹੱਲਿਆਂ ਵਿੱਚ ਘੁੰਮਦੇ ਤੇ ਤਾਸ਼ਾ ਖੇਡਦੇ ਹੋਏ ਲੋਕ ਪ੍ਰਸ਼ਾਸਨ ਦੀਆਂ ਨਜ਼ਰਾਂ ਵਿੱਚ ਹਨ, ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਕਈ ਸ਼ਰਾਰਤੀ ਅਨਸਰਾਂ ਵੱਲੋਂ ਸ਼ਹਿਰ ਵਿੱਚ ਕਈ ਥਾਵਾਂ ਤੇ 200 ਦੇ ਨਕਲੀ ਨੋਟ ਸੁੱਟ ਕੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। SDM ਨੇ ਕਿਹਾ ਕਿ ਇਹਨਾਂ ਅਫਵਾਹਾਂ ਫੈਲਾਉਣ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ, ਲੋਕਾਂ ਨੂੰ ਇਹਨਾਂ ਅਫਵਾਹਾਂ ਤੋਂ ਦੂਰ ਰਹਿਣ ਦੀ ਜ਼ਰੂਰਤ ਹੈ। ਅੱਜ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਹਿਰ ਦੀਆਂ ਭੀੜੀਆਂ ਗਲੀਆਂ ਵਿੱਚ ਪੈਦਲ ਅਤੇ ਮੋਟਰਸਾਈਕਲਾਂ ਤੇ ਚੈਕਿੰਗ ਕੀਤੀ ਗਈ। SDM ਜੋਤੀ ਵਾਲਾ ਮੱਟੂ ਜੀ ਨੇ ਕਿਹਾ ਕਿ ਸਾਡਾ ਮਕਸਦ ਲੋਕਾਂ ਨੂੰ ਡਰਾਉਣਾ ਨਹੀਂ ਹੈ, ਪਰ ਜਿਹੜੇ ਲੋਕ ਕਾਨੂੰਨ ਦੀ ਉਲੰਘਣਾ ਕਰਦੇ ਹਨ ਉਹਨਾਂ ਕਰਕੇ ਸਾਨੂੰ ਸਖਤ ਕਦਮ ਚੁੱਕਣੇ ਪੈਂਦੇ ਹਨ। ਪਬਲਿਕ ਸਪੋਰਟ ਨਿਊਜ਼ ਫੋਕਸ ਬਿਊਰੋ ਦੇ ਨਾਲ ਦਸੂਹਾ ਤੋਂ ਸੋਨੀਆ ਉੱਪਲ ਦੀ ਰਿਪੋਰਟ। ਅੱਜ ਤੁਸੀਂ ਹਾਜੀਪੁਰ ਚੌਂਕ 'ਚ ਔਰ ਬਲਗੜਾ ਚੌਂਕ 'ਚ ਮਿਆਣੀ ਰੋਡ ਦੇ ਵਿੱਚ ਉੱਪਰ ਚੈਕਿੰਗ ਕੀਤੀ, ਉਹਦੇ ਉੱਪਰ ਚੈਕਿੰਗ ਕਰਕੇ ਆਪਾਂ ਕਿੰਨੇ ਕੁ ਲੋਕਾਂ ਦੇ ਨਾਲ ਕਿੰਨਾ ਕੁ ਸਮਝਾਇਆ ਔਰ ਲੋਕਾਂ ਨੂੰ ਕਿੰਨਾ ਕੁ ਸਮਝ ਦੇ ਵਿੱਚ ਆ ਰਹੇ ਨੇ ਔਰ ਚਲਾਣ ਕਿੰਨੇ ਕੁ ਕੱਟੇ ਜਾ ਰਹੇ? ਦੇਖੋ ਜੀ, ਇਸ ਤਰ੍ਹਾਂ ਆ ਕਿ ਜਿਸ ਦਿਨ ਦਾ ਪੰਜਾਬ ਸਰਕਾਰ ਵੱਲੋਂ ਕਰਫਿਊ ਦੀ ਅਨਾਊਂਸਮੈਂਟ ਹੋਈ ਹੈ, ਭਾਰਤ ਸਰਕਾਰ ਵੱਲੋਂ 14 ਤਰੀਕ ਤੱਕ ਲੋਕਡਾਊਨ ਹੈ ਔਰ ਪੰਜਾਬ ਸਰਕਾਰ ਵੱਲੋਂ 14 ਤਰੀਕ ਤੱਕ ਕਰਫਿਊ ਹੈ, ਸਾਡੀ ਜਿਹੜੀ ਹੈ ਚੈਕਿੰਗ ਔਰ ਲੋਕਾਂ ਨੂੰ ਸਮਝਾਉਣ ਦਾ ਜਿਹੜਾ ਸਿਲਸਿਲਾ ਹੈ ਲਗਭਗ ਉਸ ਦਿਨ ਤੋਂ ਰੋਜ਼ ਹੋ ਰਿਹਾ ਹੈ। ਰੋਜ਼ ਚਾਹੇ ਉਹ ਦਸੂਹਾ ਹੈ, ਚਾਹੇ ਉਹ ਟਾਂਡਾ ਹੈ, ਚਾਹੇ ਉਹ ਗੜਦੀਵਾਲ ਹੈ, ਉੱਥੇ ਰੈਗੂਲਰ ਜਿਹੜੀ ਹੈ ਵਿਜ਼ਿਟ ਚੈਕਿੰਗ ਟੀਮਸ ਵੱਲੋਂ, ਜਿਹੜਾ ਕਿ ਚੈਕਿੰਗ ਟੀਮਸ ਦੇ ਵਿੱਚ ਜਿਵੇਂ EO ਸਾਹਿਬ ਨੇ ਸਾਡੇ, EO ਦਸੂਹਾ, EO ਟਾਂਡਾ, EO ਗੜਦੀਵਾਲ ਆ, ਇਸੇ ਤਰੀਕੇ ਦੇ ਨਾਲ ਉਸੇ ਟੀਮ ਦੇ ਵਿੱਚ ਤਿੰਨੋਂ CROs ਨੇ, ਮੈਂ ਜਾਣੀ ਹਾਂ। ਉਸ ਤੋਂ ਇਲਾਵਾ ਜਿਹੜੀਆਂ ਵਾ ਆਪਣੀਆਂ ਪੁਲਿਸ ਦੀਆਂ ਅਲੱਗ ਅਲੱਗ ਟੀਮਸ ਬਣੀਆਂ ਹੋਈਆਂ ਨੇ, ਉਹ ਨਾਕੇ ਲਾ ਕੇ ਖੜ੍ਹੀਆਂ। ਤੋ ਸਾਡੀ ਜਿਹੜੀ ਇੱਕ ਵਾਰ ਵਾਰ ਮੈਂ ਫਿਰ ਗੁਜ਼ਾਰਿਸ਼ ਵਾਰ ਵਾਰ ਫਿਰ ਅਪੀਲ ਕਰਦੀ ਹਾਂ ਸਾਰੇ ਜਿਹੜੇ ਹੈ ਵਸਨੀਕਾਂ ਨੂੰ, ਸਾਰੇ ਲੋਕਾਂ ਨੂੰ, ਕਿ ਇਸ ਕਰਫਿਊ ਦਾ ਮਤਲਬ ਇੱਕੋ ਹੀ ਇੱਕ ਹੈ ਕਿ ਅਸੀਂ ਆਪਣੇ ਆਪ ਨੂੰ ਜੋ ਕਰੋਨਾ ਵਾਇਰਸ ਦੀ ਮਹਾਂਮਾਰੀ ਜਿਹੜੀ ਹੈ ਉਹ ਫੈਲ ਚੁੱਕੀ ਹੈ, ਅਸੀਂ ਉਹਨੂੰ ਭਾਰਤ ਔਰ ਪੰਜਾਬ ਦੇ ਵਿੱਚੋਂ ਹਰਾਉਣਾ ਆ ਔਰ ਹਰਾਉਣ ਦਾ ਤਰੀਕਾ ਇੱਕੋ ਹੀ ਹੈ ਜੀ ਕਿ ਅਸੀਂ ਕਰਫਿਊ ਲਈ ਜਿਹੜੇ ਵੀ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹੈ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਪਾਲਣਾ ਕਰੀਏ। ਸੋ ਡੇਲੀ ਮੈਂ ਐਜ਼ SDM ਦਸੂਹਾ, ਚਾਹੇ ਦਸੂਹਾ ਆ, ਚਾਹੇ ਟਾਂਡਾ ਹੈ, ਚਾਹੇ ਗੜਦੀਵਾਲ ਹੈ, ਈਵਨ ਐਜ਼ ਏ ਰਿਟਰਨਿੰਗ ਆਫਿਸਰ DC ਸਾਹਿਬ ਵੱਲੋਂ ਸਾਡੀ ਡਿਊਟੀ ਜਿਹੜੀ ਆਪਣੀ ਕੌਂਸਟੀਟੂਐਂਸੀ ਦੇ ਵਿੱਚ ਵੀ ਲਗਾਈ ਗਈ ਹੈ। ਤਲਵਾੜੇ ਵੀ ਜਿਹੜਾ ਆ ਇੱਕ ਅੱਧੀ ਵਾਰ ਮੈਂ ਵਿਜ਼ਿਟ ਕੀਤੀ ਹੈ, ਉੱਥੇ SHO ਤਲਵਾੜਾ ਦੇ ਨਾਲ ਵੀ ਮੇਰੀ ਪੂਰੀ ਗੱਲ ਹੁੰਦੀ ਰਹਿੰਦੀ ਹੈ। ਸੋ ਮੈਂ ਜਿੱਥੇ ਜਿੱਥੇ ਵੀ ਜਾਂਦੀ ਹਾਂ ਉੱਥੇ ਨਾਕਾ ਲਗਾਉਣ ਦਾ ਮਕਸਦ ਸਿਰਫ ਇੱਕੋ ਹੀ ਹੈ ਕਿ ਅਸੀਂ ਲੋਕਾਂ ਨੂੰ ਇਹ ਸਮਝਾਈਏ ਕਿ ਸੜਕਾਂ ਦੇ ਉੱਪਰ ਤੁਹਾਡਾ ਜਿਹੜਾ ਨਿਕਲਣਾ ਆ, ਜਿਹੜਾ ਸੋਸ਼ਲ ਇੰਟਰੈਕਸ਼ਨ ਨੂੰ ਵਧਾਉਣਾ ਆ, ਉਹ ਕਹਿਣ ਦਾ ਮਤਲਬ ਹੈ ਕਿ ਵਾਇਰਸ ਨੂੰ ਆਪ ਹੀ ਨਿਉਤਾ ਦੇਣ ਵਾਲੀ ਗੱਲ ਹੈ। ਇਹ ਵਾਇਰਸ ਜਿਹੜਾ ਆ ਆਪਣੇ ਆਪ ਤੁਹਾਡੇ ਕੋਲ ਚੱਲ ਕੇ ਨਹੀਂ ਆਉਂਦਾ, ਤੁਸੀਂ ਆਪੇ ਇਹਨੂੰ ਬੁਲਾਉਂਦੇ ਹਾਂ ਔਰ ਬੁਲਾਉਂਦੇ ਕਿੱਦਾਂ ਆ ਜਦੋਂ ਅਸੀਂ ਕਰਫਿਊ ਦੇ ਨਿਯਮ ਤੋੜਦੇ ਹਾਂ, ਜਦੋਂ ਅਸੀਂ ਸੋਸ਼ਲ ਜਿਹੜਾ ਆ ਉਹ ਇੰਟਰੈਕਸ਼ਨ ਇੰਨੀ ਕੁ ਕਰ ਲੈਂਦੇ, ਆਪਣੇ ਆਪ ਨੂੰ ਅਨਸੋਸ਼ਲ ਕਰਦੇ ਹੀ ਨਹੀਂ ਹੈ। ਤੋ ਸਿਰਫ ਇਹ ਜਿਹੜੇ ਨਾਕੇ ਲਗਾਏ ਜਾਂਦੇ ਆ, ਇਹ ਜਿਹੜਾ ਮੇਰੇ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਜਾਂ ਡਿਫਰੈਂਟ ਨਾਕਿਆਂ ਦੇ ਉੱਪਰ ਖੜ੍ਹੇ ਹੋ ਕੇ ਖੁਦ ਜਿਹੜੇ ਆ ਸਾਨੂੰ ਸਖਤੀ ਦੇ ਨਾਲ ਦੇਖੋ ਚਲਾਨ ਵੀ ਕੱਟਣੇ ਪੈ ਰਹੇ ਆ,
ਗੱਡੀਆਂ ਬੌਂਡ ਵੀ ਹੋ ਰਹੀਆਂ ਹੈ, ਉਸ ਤੋਂ ਬਾਅਦ ਅਰੈਸਟ ਵੀ ਪਾਈ ਜਾ ਰਹੀ ਹੈ, ਸਿਰਫ ਔਰ ਸਿਰਫ ਇਹ ਸਾਰਿਆਂ ਦੇ ਹਿੱਤ ਲਈ ਹੈ। ਇਹਦਾ ਮਕਸਦ ਸਿਰਫ ਇਹ ਹੈ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ ਹੈ, ਇਹ ਲੋਕਾਂ ਦੀ ਵੈਲਫੇਅਰ ਲਈ ਹੈ, ਲੋਕਾਂ ਦੀ ਭਲਾਈ ਵਾਸਤੇ ਹੈ ਕਿ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਕਿਰਪਾ ਕਰਕੇ ਬੈਠਣ। ਠੀਕ ਹੈ, ATM ਖੁੱਲ੍ਹੇ ਨੇ, ਬੈਂਕ ਦੀ ਜਿਹੜੀ ਆ ਫੈਸਿਲਿਟੀ ਓਪਨ ਹੈ, ਹੋਸਪਿਟਲ ਐਮਰਜੈਂਸੀ ਸੇਵਾਵਾਂ ਲਈ ਖੁੱਲ੍ਹੇ ਹੈ, ਲੇਕਿਨ ਇਹ ਜਿਹੜੀਆਂ ਫੈਸਿਲਿਟੀਜ਼ ਅਗਰ ਤੁਸੀਂ ਲੈਣ ਲਈ ਸੜਕ 'ਤੇ ਉਤਰੋਗੇ, ਅਗਰ ਤੁਸੀਂ ਆਓਗੇ ਆਪਣੇ ਘਰਾਂ ਤੋਂ ਬਾਅਦ, ਤੁਸੀਂ ਕਰਫਿਊ ਪਾਸ ਲੈ ਕੇ ਹੀ ਆਓਗੇ। ਔਰ ਕਰਫਿਊ ਪਾਸ ਜਿਹੜਾ ਆ, ਉਹ ਮੈਂ ਬਾਰ ਬਾਰ ਕਹਿੰਦੀ ਹਾਂ ਕਿ ਔਨਲਾਈਨ ਕਰਫਿਊ ਪਾਸ ਜਿਹੜਾ ਆ ਉਹ ਅਪਲਾਈ ਕਰਨਾ ਸਾਡੇ ਲਈ ਕਿਸੇ ਲਈ ਨਹੀਂ ਔਖਾ। ਅਸੀਂ ਸਾਰੇ ਚੰਗੀ ਤਰ੍ਹਾਂ ਜਿਹੜਾ ਫੋਨ ਪੰਜਾਬ ਦੇ ਲੋਕ ਇਸਤੇਮਾਲ ਕਰਨਾ ਜਾਣਦੇ ਹਾਂ, ਸਾਨੂੰ ਸਭ ਨੂੰ ਫੋਨ ਚਲਾਉਣਾ ਆਉਂਦਾ ਆ, ਔਰ ਬੜਾ ਈਜ਼ੀ ਇਹਦੀ ਐਪਲੀਕੇਸ਼ਨ ਆ। ਜੇ ਫਿਰ ਵੀ ਨਹੀਂ ਸਮਝ ਆਉਂਦੀ, ਮੈਂ ਬਾਰ ਬਾਰ ਫਿਰ ਕਹਿੰਦੀ ਹਾਂ ਕਿ ਤੁਸੀਂ ਸਾਡੇ ਜਿਹੜੇ ਹੈ ਆਪਣਾ ਕੰਟਰੋਲ ਰੂਮ ਨੰਬਰ ਜਿਹੜਾ ਆ 01883-285-022 ਦੇ ਉੱਪਰ ਫੋਨ ਕਰੋ ਔਰ ਪੁੱਛੋ ਕਿ ਇਹ ਔਨਲਾਈਨ ਇਹਦਾ ਲਿੰਕ ਕੀ ਹੈ, ਤੁਹਾਨੂੰ ਦੱਸਿਆ ਜਾਂਦਾ ਆ, ਔਰ ਈਜ਼ੀਲੀ ਤੁਸੀਂ ਅਪਲਾਈ ਕਰਕੇ ਜਿਹੜੀ ਵੀ ਸਰਵਿਸ ਲਈ ਤੁਸੀਂ ਅਪਲਾਈ ਕਰਨਾ ਚਾਹੁੰਦੇ, ਚਾਹੇ ਸਿਟੀਜ਼ਨ ਸਰਵਿਸ ਹੈ, ਚਾਹੇ ਕੋਈ ਐਮਰਜੈਂਸੀ ਪਾਸ ਤੁਸੀਂ ਬਣਾਉਣਾ ਆ, ਚਾਹੇ ਤੁਸੀਂ ATM ਜਾਂ ਬੈਂਕ ਦੀ ਸੇਵਾ ਲੈਣ ਲਈ ਪਾਸ ਬਣਾਉਣਾ ਆ, ਚਾਹੇ ਤੁਸੀਂ ਕਿਸੇ ਵੀ ਤਰੀਕੇ ਦੀ ਡਿਲੀਵਰੀ ਵਾਸਤੇ ਪਾਸ ਬਣਾਉਣਾ, ਘੱਟੋ ਘੱਟ 15 ਉਹਦੇ ਵਿੱਚ ਲਗਭਗ ਸੇਵਾਵਾਂ ਆ ਜਿਹਨਾਂ ਵਾਸਤੇ ਪਾਸ ਜਿਹੜਾ ਆ ਡਿਫਰੈਂਟ ਅਥਾਰਟੀਜ਼ ਵੱਲੋਂ ਜਾਰੀ ਕੀਤੇ ਜਾਂਦੇ ਆ ਔਨਲਾਈਨ ਹੀ। ਸਾਨੂੰ ਦੇਖਣ 'ਚ ਇਹ ਨਜ਼ਰ ਆਇਆ ਕਿ ਗਲੀਆਂ ਛੋਟੀ ਛੋਟੀਆਂ ਗਲੀਆਂ ਦੇ ਵਿੱਚ ਵੀ ਲੋਕ ਟੋਲੇ ਬਣਾ ਕੇ ਤਾਸ਼ ਖੇਡਦੇ ਪਏ ਵੇ, ਕੋਈ ਬੈਡਮਿੰਟਨ ਖੇਡਦਾ ਪਿਆ, ਕੋਈ ਕ੍ਰਿਕਟ ਖੇਡਦਾ ਪਿਆ, ਉਹਨਾਂ ਦੇ ਬਾਰੇ ਕੀ ਕਰਦੇ ਤੁਸੀਂ? ਦੇਖੋ, ਕਰਫਿਊ ਜਿਹੜਾ ਹੈ ਉਹ ਐਂਟਰਟੇਨਮੈਂਟ ਲਈ ਨਹੀਂ ਹੈ, ਕਰਫਿਊ ਜਿਹੜਾ ਘੁੰਮਣ ਫਿਰਨ ਲਈ ਨਹੀਂ ਹੈ। ਠੀਕ ਹੈ, ਜਿੱਥੇ ਤਾਂ ਨਾਕੇ ਲੱਗੇ ਹੈ ਉੱਥੇ ਤਾਂ ਜਿਹੜੀ ਹੈ ਚੈਕਿੰਗ ਟੀਮ ਹੈ ਜਾਂ ਪੁਲਿਸ ਜਿਹੜੀ ਹੈ, ਇੰਸਪੈਕਸ਼ਨ ਟੀਮ ਹੈ ਜਿਹੜਾ ਮੇਰੇ ਵੱਲੋਂ ਆ, ਉਹ ਗੱਡੀ ਲੈ ਕੇ ਉੱਥੇ ਪਹੁੰਚ ਹੋ ਜਾਂਦਾ ਉੱਥੇ। ਠੀਕ ਹੈ, ਅਸੀਂ ਕਾਰਵਾਈ ਕਰਦੇ ਹਾਂ, ਲੇਕਿਨ ਕਈ ਵਾਰ ਬਹੁਤ ਛੋਟੀਆਂ ਜਿਹੜੀਆਂ ਗਲੀਆਂ, ਈਵਨ ਅਸੀਂ ਤਾਂ ਇੰਟੀਰੀਅਰ ਪਿੰਡਾਂ ਦੇ ਵਿੱਚ ਵੀ ਮੈਂ ਗਈ ਹਾਂ, ਮੈਂ ਕੋਸ਼ਿਸ਼ ਕੀਤੀ ਹੈ ਵੀ ਜਿੱਥੇ ਗੱਡੀ ਮੇਰੀ ਨਿਕਲ ਸਕਦੀ ਹੈ ਉੱਥੇ ਮੈਂ ਲੈ ਕੇ ਜਾਵਾਂ ਗੱਡੀ, ਉੱਥੇ ਚੈਕਿੰਗ ਟੀਮ ਵੀ ਜਿਹੜੀ ਆ ਉੱਥੇ ਭੇਜੀ ਗਈ ਹੈ, ਉੱਥੇ ਕਾਰਵਾਈਆਂ ਹੋਈਆਂ। ਲੇਕਿਨ ਮੈਂ ਫਿਰ ਇੱਥੇ ਅਪੀਲ ਤਾਂ ਫਿਰ ਮੇਰੀ ਉਹੀ ਫਿਰ ਲੋਕਾਂ ਨੂੰ ਹੈ ਕਿ ਤੁਹਾਡੀ ਜਿਹੜੀ ਸਮਝ ਹੈ, ਤੁਹਾਡੀ ਜਿਹੜੀ ਸੂਝ ਬੂਝ ਹੈ, ਉਹਨੇ ਹੀ ਇਸ ਵਾਇਰਸ ਨੂੰ ਹਰਾਉਣਾ ਆ। ਲੇਕਿਨ ਤੁਸੀਂ ਫਿਰ ਵੀ ਅਗਰ ਬਾਜ ਨਹੀਂ ਆਉਂਦੇ ਹੋ, ਅਗਰ ਫਿਰ ਤੁਸੀਂ ਨਹੀਂ ਹਟਦੇ ਹੋ, ਅਗਰ ਤੁਹਾਨੂੰ ਆਪਣੀ ਸੁਰੱਖਿਆ ਦਾ ਕੋਈ ਖਿਆਲ ਨਹੀਂ ਹੈ, ਤਾਂ ਜਿਵੇਂ ਬੱਚੇ ਨੂੰ ਫਿਰ ਜਦੋਂ ਸਮਝ ਨਹੀਂ ਆਉਂਦੀ ਤਾਂ ਥੋੜ੍ਹਾ ਜਿਹਾ ਮਾਂ ਬਾਪ ਨੂੰ ਸਖ਼ਤ ਹੋਣਾ ਪੈਂਦਾ, ਉਸ ਤਰੀਕੇ ਦੇ ਨਾਲ ਸਾਨੂੰ ਫਿਰ ਸਖ਼ਤੀ ਜਿਹੜੀ ਹੈ ਕਰਨੀ ਪੈ ਰਹੀ ਹੈ। ਅਤੇ ਜੇ ਇਸ ਤਰੀਕੇ ਦੇ ਨਾਲ ਗਲੀਆਂ ਦੇ ਵਿੱਚ ਇਸੇ ਹੀ ਛੋਟੀਆਂ ਗਲੀਆਂ ਦੇ ਵਿੱਚ ਜਾਂ ਬਹੁਤ ਇੰਟੀਰੀਅਰ ਪਿੰਡਾਂ ਦੇ ਵਿੱਚ ਇਸੇ ਹੀ ਤਰੀਕੇ ਦੇ ਨਾਲ ਜੇ ਇਹੀ ਤੁਹਾਡਾ ਤਰੀਕਾ ਰਿਹਾ, ਅਤੇ ਸਾਡੇ ਜਿਹੜੇ ਆ ਪੁਲਿਸ ਮੁਲਾਜ਼ਮ ਉੱਥੇ ਹੁਣ ਮੋਟਰਸਾਈਕਲਾਂ ਦੇ ਨਾਲ ਨਿਕਲਣਗੇ ਜਾਂ ਪੈਦਲ ਨਿਕਲਣਗੇ, ਤਾਂ ਸਖ਼ਤ ਕਾਰਵਾਈਆਂ ਫਿਰ ਉੱਥੇ ਵੀ ਕਰਨ ਲਈ ਸਾਨੂੰ ਮਜਬੂਰ ਹੋਣਾ ਪਏਗਾ। ਦੱਸੋ, ਇਹ ਤੇ ਲਾਇਬ੍ਰੇਰੀ ਚੌਂਕ ਦੇ ਲਾਗੇ ਇੱਕ ਸਪੋਰਟਿੰਗ ਸ਼ੋਰੂਮ ਹੈ, ਉਹਨਾਂ ਦੇ ਲਾਗੇ ਕੋਈ 200-200 ਦੇ ਨੋਟ ਡਿੱਗੇ ਪਏ ਸੀਗੇ, ਜਾਲੀ ਨੋਟ ਸੀਗੇ ਉਹ। ਔਰ ਅੱਜ ਕੱਲ੍ਹ ਬਹੁਤ ਅਫਵਾਹਾਂ ਚੱਲ ਰਹੀਆਂ ਕਿ ਨੋਟਾਂ ਦੇ ਉੱਪਰ ਥੁੱਕਿਆ ਜਾ ਰਿਹਾ, ਕੋਈ ਨੋਟ ਹੱਥ ਨਾਲ ਲਗਾਈ ਹੋ ਇੱਦਾਂ ਦੇ ਬਾਹਰ ਡਿੱਗੇ ਦੇ, ਉਹਨਾਂ 'ਤੇ ਕੀ ਤੁਸੀਂ ਕਾਰਵਾਈ ਕਰੋ? ਦੇਖੋ, ਇਹ ਤਾਂ ਸ਼ੁਰੂ ਤੋਂ ਪ੍ਰਸ਼ਾਸਨ ਵੱਲੋਂ ਉਹਨਾਂ ਲੋਕਾਂ ਨੂੰ ਖਾਸ ਤੌਰ 'ਤੇ ਚੇਤਾਵਨੀ ਦਿੱਤੀ ਜਾ ਰਹੀ ਹੈ ਜਿਹੜੇ ਅਫਵਾਹਾਂ ਫੈਲਾ ਕੇ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ ਵੀ ਔਰ ਪ੍ਰਸ਼ਾਸਨ ਨੂੰ ਵੀ। ਉਹ ਇੱਥੋਂ ਮੈਂ ਬਾਰ ਬਾਰ ਹਮੇਸ਼ਾ ਇਸ ਚੈਨਲ ਦੇ ਰਾਹੀਂ ਮੀਡੀਆ ਦੇ ਰਾਹੀਂ ਉਹਨਾਂ ਲੋਕਾਂ ਨੂੰ ਵਾਰਨ ਕੀਤਾ, ਉਹਨਾਂ ਨੂੰ ਹਦਾਇਤ ਕੀਤੀ ਹੈ। DSP ਦੋਨਾਂ ਨਾਲ ਮੇਰੀ ਗੱਲ ਹੋ ਗਈ ਹੈ ਕਿ ਜਿਹੜੇ ਬੰਦੇ ਨੇ ਵੀ ਇਸ ਤਰੀਕੇ ਦੇ ਨਾਲ ਕੋਈ ਵੀ ਸ਼ਰਾਰਤ ਕੀਤੀ ਹੈ ਉਹਨੂੰ ਤੁਰੰਤ ਜਿਹੜੀ ਹੈ ਉਹਨੂੰ ਲੱਭੋ, ਕਿਹੜਾ ਹੈ ਇਸ ਤਰ੍ਹਾਂ ਦਾ ਜਿਹੜਾ ਗੁੰਮਰਾਹ ਕਰਕੇ ਲੋਕਾਂ ਨੂੰ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਪੈਨਿਕ ਕਰ ਰਿਹਾ। ਦੇਖੋ, ਬਾਰ ਬਾਰ ਅਪੀਲ ਪ੍ਰਸ਼ਾਸਨ ਦੀ ਇਹ ਹੈ ਕਿ ਠੀਕ ਹੈ ਕਿ ਇੱਕ ਗੰਭੀਰ ਮੁੱਦਾ ਹੈ, ਅਸੀਂ ਸੁਚੇਤ ਰਹਿਣਾ ਹੈ, ਸਜਗ ਰਹਿਣਾ ਹੈ, ਲੇਕਿਨ ਪੈਨਿਕ ਕਿਸੇ ਤਰੀਕੇ ਦੇ ਨਾਲ ਨਹੀਂ ਹੋਣਾ। ਜਦੋਂ ਅਸੀਂ ਪੈਨਿਕ ਹੁੰਦੇ ਹਾਂ, ਅਸੀਂ ਪੈਨਿਕ ਹੋ ਕੇ ਹੀ ਕਈ ਵਾਰ ਕੀ ਕਰਦੇ ਹਾਂ,
ਬਹੁਤ ਰੇਟ ਸਾਡੇ ਜਿਹੜੇ ਆਪਾਂ ਕਹਿ ਰਹੇ ਨਾ ਕਿ ਰੇਟ ਬਹੁਤ ਚੜ੍ਹ ਰਹੇ ਉੱਪਰ, ਉਹਦਾ ਕਾਰਨ ਵੀ ਸਾਡਾ ਪੈਨਿਕ ਹੋਣਾ ਹੀ ਹੈ। ਪੈਨਿਕ ਹੋ ਕੇ ਬਿਨਾਂ ਵਜ੍ਹਾ ਜ਼ਰੂਰਤ ਤੋਂ ਜ਼ਿਆਦਾ ਖਰੀਦਦਾਰੀ ਕਰ ਲੈਣੀ, ਪੈਨਿਕ ਹੋ ਕੇ ਇੱਕ ਦੂਸਰੇ ਨੂੰ ਗੱਲਾਂ ਦੱਸਣੀਆਂ, ਪੈਨਿਕ ਹੋ ਕੇ ਅਸੀਂ ਕਈ ਵਾਰ ਇਹ ਨਹੀਂ ਸਮਝ ਪਾਉਂਦੇ ਹਾਂ ਕਿ ਜਦੋਂ ਕੋਈ ਵੀ ਖਬਰ ਲੱਗਦੀ ਹੈ, ਜਦੋਂ ਕੋਈ ਵੀ ਅਫਵਾਹ ਫੈਲਦੀ ਹੈ, ਉਹਦਾ ਖਾਸ ਤੌਰ ਦੇ ਉੱਪਰ ਬੱਚਿਆਂ ਦੇ ਉੱਪਰ ਕੀ ਅਸਰ ਪੈਂਦਾ ਹੈ। ਤੋ ਅਸੀਂ ਸੁਚੇਤ ਰਹਿਣਾ, ਲੇਕਿਨ ਅਸੀਂ ਇਹਨਾਂ ਅਫਵਾਹਾਂ ਦੇ ਮਗਰ ਲੱਗ ਕੇ ਆਪਣੇ ਆਪ ਨੂੰ ਕਿਸੇ ਤਰੀਕੇ ਦੇ ਨਾਲ ਪੈਨਿਕ ਨਹੀਂ ਕਰਨ ਦੀ ਕੋਸ਼ਿਸ਼ ਕਰਨੀ। ਅਤੇ ਜਿਹੜਾ ਵਿਅਕਤੀ ਇਸ ਤਰੀਕੇ ਦੇ ਨਾਲ ਪੈਨਿਕ ਕਰ ਰਿਹਾ, ਅਫਵਾਹਾਂ ਫੈਲਾ ਰਿਹਾ ਸਿਰਫ ਆਪਣੇ ਐਂਟਰਟੇਨਮੈਂਟ ਲਈ, ਪਤਾ ਨਹੀਂ ਉਹਦਾ ਕੀ ਮਕਸਦ ਹੋਏਗਾ, ਉਹ ਵੀ ਇੱਕ ਤਰੀਕੇ ਦੇ ਨਾਲ ਇੱਥੋਂ ਮੈਂ ਵਾਰਨ ਉਹਨਾਂ ਨੂੰ ਕਰਦੀ ਹਾਂ ਕਿ DSP ਸਾਹਿਬ ਜਿਹੜੇ ਆ ਉਹ ਸਖਤੀ ਦੇ ਨਾਲ ਇਹਦੇ ਉੱਪਰ ਜਿਹੜਾ ਆ ਉਹ ਤਕਰੀਬਨ ਕਾਰਵਾਈ ਕਰ ਵੀ ਰਹੇ ਆ ਔਰ ਕਾਰਵਾਈ ਕਰਨਗੇ ਵੀ। ਸਰ, ਅੱਜ ਦਸੂਹਾ ਦੇ ਵਿੱਚ ਵੱਖ ਵੱਖ ਇਲਾਕਿਆਂ ਦੇ ਵਿੱਚ ਕਾਫੀ SDM ਸਾਹਿਬ ਔਰ ਦਸੂਹਾ ਪੁਲਿਸ ਕਾਫੀ ਤੇਜ਼ੀ ਨਾਲ ਕੰਮ ਕਰ ਰਹੀ ਹੈ, ਕੋਈ ਖਾਸ ਕਾਰਵਾਈ ਦਾ ਕੋਈ ਹੈਗਾ ਕੰਮ ਚੱਲ ਰਿਹਾ? ਨਹੀਂ, ਇਹ ਰੁਟੀਨ ਦੀ ਪਹਿਲੀਆਂ ਰਿਹਾ ਮੁਤਾਬਕ ਪਹਿਲੇ ਅੱਜ ਥੋੜ੍ਹਾ ਜਿਹਾ ਇਹ ਨਜ਼ਰ ਆਇਆ ਸੀ ਕਿ ਥੋੜ੍ਹਾ ਜਿਹਾ ਲੋਕਾਂ ਨੇ ਨਾ ਕੋਸ਼ਿਸ਼ ਕੀਤੀ ਅੱਜ ਕਰਫਿਊ ਦੀ, ਉਸ ਕਰਕੇ ਸਖਤੀ ਦਾ ਕਰਕੇ ਗਲੀ ਗਲੀ ਮੁਹੱਲੇ ਮੁਹੱਲੇ ਜਾ ਕੇ ਕੋਨੇ ਕੋਨੇ ਜਾ ਕੇ ਹਰ ਇੱਕ ਨੂੰ ਆਗਾਹ ਕੀਤਾ ਗਿਆ ਅਤੇ ਕਾਨੂੰਨ ਮੁਤਾਬਕ ਜੋ ਬਣਦਾ ਸੀ ਕਾਰਵਾਈ ਕੀਤੀ ਗਈ। ਇੱਕ ਪਰਸਨ ਦਾ ਮੁਕੱਦਮਾ ਵੀ ਦਰਜ ਕੀਤਾ, ਬਾਕੀ ਚਲਾਨ ਵੀ ਇਕੱਠੇ ਗਏ ਨੇ, ਕੁਝ ਵਹੀਕਲ ਬਾਉਂਡ ਕੀਤੇ ਆ, ਕੁਝ ਚਲਾਨ ਇਕੱਠੇ ਗਏ ਨੇ। SDM ਸਾਹਿਬ ਦੇ ਨਾਲ ਹੀ ਸੀਗੇ, ਨਾਲ EO ਸਾਹਿਬ ਮੁਖੀ ਏਰੀਆ ਦੇ ਨਾਲ ਹੀ ਸੀਗੇ। ਅੱਜ ਸਾਰੇ ਇਕੱਠੇ ਇੱਕ ਤਗੜਾ ਪ੍ਰਸ਼ਨ ਕੀਤਾ ਵਾ ਤਾਂ ਕਿ ਲੋਕਾਂ ਵਿੱਚ ਇਹ ਮਾਹੌਲ ਇਹ ਗੱਲ ਜਾਵੇ ਵੀ ਸ਼ਕਤੀ ਦਾ ਦੌਰ ਉੱਦਾਂ ਹੀ ਲੱਗ ਜੂਗਾ, ਲੰਘਣਾ ਕਰਨਾ ਦੱਸਿਆ ਨਹੀਂ ਜਾਵੇਗਾ, ਲੱਗਿਆ ਕਿ ਅੱਗੇ ਵੀ ਇਸ ਤਰ੍ਹਾਂ ਜਾਰੀ ਰਹੇਗਾ। ਸਰ, ਸਾਨੂੰ ਵੇਖਣ 'ਚ ਇਹ ਨਜ਼ਰ ਆਇਆ ਕਿ ਗੱਡੀਆਂ ਜਿੱਥੇ ਪ੍ਰਸ਼ਾਸਨ ਦੀਆਂ ਪਹੁੰਚਦੀਆਂ ਉੱਥੋਂ ਤੋਂ ਲੋਕ ਫਟਾਫਟ ਭੱਜ ਜਾਂਦੇ ਨੇ, ਔਰ ਜਿਹੜੀਆਂ ਗਲੀਆਂ ਦੇ ਵਿੱਚ ਲੋਕ ਅੱਜ ਦੀ ਡੇਟ 'ਚ ਵੀ ਤਾਸ਼ ਖੇਡਦੇ ਪਏ ਵੇ, ਬੈਡਮਿੰਟਨ ਖੇਡਦੇ ਪਏ, ਕ੍ਰਿਕਟ ਖੇਡਦੇ ਪਏ ਵੇ, ਉਹਦੇ 'ਤੇ ਤੁਸੀਂ ਕੀ ਕਾਰਵਾਈ ਕਰੋਗੇ? ਉਸੇ ਰੁਝਾਨ ਨੂੰ ਮੁੱਖ ਰੱਖ ਕੇ ਅੱਜ ਗਲੀ ਗਲੀ ਅੱਜ ਪੈਦਲ ਮਾਰਚ ਕੱਢਿਆ ਗਿਆ ਵਾ, ਅੱਜ ਗਲੀ ਗਲੀ ਟੀਮਾਂ ਬਣਾ ਕੇ PO ਸਾਹਿਬ, SDM ਸਾਹਿਬ, ਪੁਲਿਸ ਪ੍ਰਸ਼ਾਸਨ ਸਾਰਾ ਇਕੱਠਾ ਹੋ ਗਿਆ, ਸਾਰੇ ਇਕੱਠੇ ਹੋ ਗਏ ਗਲੀ ਗਲੀ ਮੁਹੱਲੇ ਮੁਹੱਲੇ ਕੋਨੇ ਕੋਨੇ ਇਹ ਲੋਕਾਂ ਦੀ ਸ਼ਿਕਾਇਤ ਦੂਰ ਕਰਨ ਵਾਸਤੇ ਹਰ ਜਗ੍ਹਾ ਜਾਗਰ ਤਾਂ ਸਖਤ ਤੌਰ ਤੋਂ ਸ਼ੁਰੂ ਕੀਤਾ ਗਿਆ, ਪਰ ਸਾਨੂੰ ਕੋਈ ਵੀ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ ਕਿ ਕੋਈ ਤਾਸ਼ ਖੇਡਣ ਨਹੀਂ ਮਿਲਿਆ, ਨਾ ਹੀ ਕੋਈ ਵਾਰਾ ਘੁੰਮਣਾ ਮਿਲਿਆ ਵਾ। ਸਰ, ਜੇ ਕੋਈ ਤਾਸ਼ ਖੇਡਦਾ ਮਿਲੇ ਤਾਂ ਤੁਸੀਂ ਕੀ ਕਾਰਵਾਈ ਕਰੋਗੇ? ਜੋ ਬਣਦੀ ਕਾਰਵਾਈ ਆ ਕਰਫਿਊ 'ਚ ਲੰਘਣਾ। ਸਰ, ਕੁਛ ਚੀਜ਼ਾਂ ਲਾਇਬ੍ਰੇਰੀ ਚੌਂਕ ਦੇ ਲਾਗੇ ਛਾਗੇ 200-200 ਦੇ ਜਾਲੀ ਨੋਟ ਸੁੱਟੇ ਗਏ ਵੇ, ਉਹ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਤੁਸੀਂ ਉਹ ਬੰਦਿਆਂ ਸ਼ੱਕੀ ਬੰਦਿਆਂ 'ਤੇ ਕੀ ਕਾਰਵਾਈ ਕਰੋਗੇ? ਸ਼ਰਾਰਤੀਆਂ ਸੰਧਾ ਕਰਾਂ, ਇਹ ਨਹੀਂ ਪਤਾ ਲੱਗਦਾ ਕਿੰਨੇ ਸੁੱਟੇ ਆ ਅਤੇ ਕਦੋਂ ਸੁੱਟੇ ਗਏ ਨੇ, ਇਹ ਕੋਈ ਸ਼ਰਾਰਤੀਆਂ ਦਾ ਕਾਰਨ ਕੋਈ ਨਹੀਂ, ਕੋਈ 2-4 ਸੀ, ਜ਼ਿਆਦਾ ਨਹੀਂ ਸੀਗੇ। ਇਸ ਸੰਬੰਧ ਤਬਦੀਲ ਜਾ ਰਹੀ ਹੈ, ਜਦੋਂ ਵੀ ਕੋਈ ਗੱਲ ਸਾਹਮਣੇ ਆਈ ਜਿਹਨੇ ਵੀ ਇਹ ਕਾਰਾ ਕੀਤਾ ਉਹਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਲੋਕ ਜਾਣ ਬੁੱਝ ਕੇ ਪ੍ਰਸ਼ਾਸਨ ਗੁੰਮਰਾਹ ਕਰਨ ਵਾਸਤੇ ਕੋਈ ਸ਼ਰਾਰਤੀ ਲੋਕ ਇਹੋ ਜਿਹਾ ਕਾਰਾ ਕਰਦੇ ਨੇ, ਜਦੋਂ ਗੱਲ ਨੋਟ ਸਾਹਮਣੇ ਆ ਗਈ ਤਾਂ ਦੂਜਾ ਕੋਈ ਵਿਅਕਤੀ ਸਾਹਮਣੇ ਆ ਗਿਆ ਤਾਂ ਉਹ ਕਾਰਵਾਈ ਕੀਤੀ ਜਾਵੇ। SHO ਸਾਹਿਬ, ਕੋਈ ਆਪਣੇ ਥਾਣੇ ਦੇ ਵਿੱਚ ਸੈਨੀਟਾਈਜ਼ਰ ਦੀ ਸਪਰੇ ਆਪਣੇ ਨਗਰ ਕੌਂਸਲ ਵੱਲੋਂ ਕੋਈ ਕਰਾਈ ਗਈ ਜਾਂ ਨਹੀਂ ਹਜੇ ਤੱਕ? ਹਾਂ, ਵਾਰ ਵਾਰ ਕਰਾਈ ਜਾਂਦੀ ਹੈ, ਇੱਕ ਦੋ ਦਿਨ ਛੱਡ ਕੇ ਨਗਰ ਕੌਂਸਲ ਵੱਲੋਂ ਸਪਰੇ ਕਰਾਈ ਜਾ ਰਹੀ ਥਾਣੇ ਵਿੱਚ। ਔਰ ਤੁਹਾਡੇ ਆਪਣੇ ਮੁਲਾਜ਼ਮਾਂ ਨੂੰ ਕੋਈ ਸੈਨੀਟਾਈਜ਼ਰ? ਸੈਨੀਟਾਈਜ਼ਰ ਵਗੈਰਾ ਸਾਨੂੰ ਸਿਹਤ ਵਿਭਾਗ ਵੱਲੋਂ ਪ੍ਰਮੋਦ ਗਿੱਲ ਜੀ, ਠੀਕ ਹੈ, ਇਹ ਵੰਡ ਕੇ ਗਏ ਨੇ, ਪਹਿਲੇ ਵੀ ਆਏ ਸੀ, ਅੱਜ ਵੀ ਵੰਡੇ। ਓਕੇ।